अस्सलामुअलैकुम जी, क्या हाल चाल है मेरे देखने वालों का। उम्मीद करता हूँ सब ठीक ठाक होंगे। अल्हम्दुलिल्लाह मैं भी ठीक ठाक हूँ। चलें ये शुरू करते हैं आज का व्लॉग। हाँ जी दोस्तों, हवेली के अंदर आ चुके हैं। छोटे बछेरे को जो है ना वो मक्खन देते हैं कल की तरह। आज जो है गोड़ी है, उसकी माँ काफ़ी अग्रेसिव है, इसलिए आज उसे बांध रहे हैं। लता ना मार, पढ़ लिया इधर ना होना। देखें ये इसकी माँ कैसे अग्रेसिव हो रही है, गुस्सा कर रही है। चल गया ये अपनी माँ के पास। तो सकब जरा ना बाहर निकालने लगे हैं, बाहर जरा घूम फिर आएगा, खा पी आएगा अपना। ये देखें जी कितना प्यारा लग रहा है बाहर का। इधर से अभी शेरू भी आने वाला है। आया आया शेरू, चल भाई। दोनों दोस्त हो गए हैं इकट्ठे। अभी जो है अपना खाना अपना खाए पियेंगे, घूमेंगे, आजादी के मजे लेंगे। जो दोस्त नए आए हैं हमारे चैनल पे, हमारे चैनल को लाइक सब्सक्राइब और कमेंट और शेयर जरूर कीजिएगा। और इसमें जो है ना कल वाली वीडियो के कुछ क्लिप रहते थे वो भी ऐड करेंगे, वो भी आपको दिखाएंगे। हमारे साथ जुड़े रहिएगा। हाँ जी दोस्तों, सेटअप के ऊपर आ चुके हैं। ये देखें ये हमारे लक्कों का कूतरी जो है बैठी हुई है उधर, बहुत जल्द ही अंडा उतारेगी, बहुत जल्द ही फुल न्यूज़ आने वाली है। और ये इधर जो सराजी है ये भी इधर अंडे उतारने के लिए आगे बहुत रहा था। अभी मैं ऊपर आया हूँ तो ये चुप कर गया है ना। और जो हमारे परिंदे हैं माशाल्लाह वो भी बहुत खुश हैं। ये देखें ये लवबर्ड किधर जाकर बैठा हुआ है, और वो दो वो उधर बैठे हुए हैं जोड़ा। कुछ वो ऊपर लगे हुए हैं, ये देखें कुछ इधर बैठे हुए हैं। ये देखें दोस्तों लवबर्ड भी उधर बैठे हुए हैं ब्लू कलर के। कुछ वो ऊपर बैठे हुए हैं, कुछ वो उधर बैठे हुए हैं। माशाल्लाह बहुत खुश हैं इधर। ये देखें दोस्तों कैसे लाइन से बैठे हुए हैं सब के सब। हाँ जी दोस्तों, आ करो जी नुकरे बछेरे का शौक। माशाल्लाह बहुत ही प्यारा बछेरा नुकरा।
ਇਹਦੇ ਬਾਰੇ ਪੁੱਛਦੇ ਹਾਂ, ਤੁਹਾਨੂੰ ਦੱਸਦੇ ਹਾਂ ਪੂਰੀ ਡਿਟੇਲ। ਅੱਖਾਂ ਮਾਸ਼ਾਅੱਲਾ ਬਛੇਰੇ ਦੀਆਂ ਬਹੁਤ ਪਿਆਰੀਆਂ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਹਾਂ ਦੇਖੋ ਜੀ, ਦੂਸਰੀ ਅੱਖ ਵੀ ਇਹਦੇ ਇੱਦਾਂ ਦੀ ਬਿਲਕੁਲ ਸੇਮ ਹੀ ਆ। ਹਾਂ ਦੇਖੋ ਜੀ, ਹਾਂਜੀ ਅਦਾਬ ਭਾਈ, ਇਹ ਕਿਹੜੇ ਘੋੜੇ ਦਾ ਮਾਸ਼ਾਅੱਲਾ ਨੁਕਰਾ ਬਛੇਰਾ, ਬੜਾ ਸੋਹਣਾ ਬੜਾ ਪਿਆਰਾ ਆ। ਇਹ ਸਰ ਸ਼ਾਹਤਾਜ ਦਾ ਬੱਚਾ ਜੀ। ਅੱਛਾ ਜੀ, ਸ਼ਾਹਤਾਜ, ਠੀਕ ਹੈ ਜੀ। ਉਮਰ ਕਿੰਨੀ? ਉਮਰ ਤੇ ਜੀ 10 ਮਹੀਨੇ, 10ਵੇਂ ਮਹੀਨੇ ਜਾ ਰਿਹਾ ਜੀ। ਅੱਛਾ, 10ਵੇਂ ਮਹੀਨੇ ਜਾ ਰਿਹਾ ਜੀ। ਅਤੇ ਕਿੰਨੇ ਕਦ ਕਰ ਲਿਆ ਨੇ? ਕਦ ਦਾ ਹੈ ਜੀ 55 ਇੰਚ। ਅੱਛਾ ਜੀ, 55 ਇੰਚ ਜੀ। ਦੇਖੋ ਦੋਸਤੋ, ਇਹ ਬਛੇਰੇ ਦਾ 55 ਇੰਚ ਕੱਦ ਹੈ, ਸੋਹਣਾ ਬਛੇਰਾ। ਅੱਖਾਂ ਦੋਨੀ ਚਿੱਟੀਆਂ, ਆਦਮ ਚਸ਼ਮ ਅੱਖਾਂ ਜੀ ਇਹਦੀ, ਆਦਮ ਚਸ਼ਮ ਜੀ ਅੱਖ। ਹਾਂ ਦੇਖ ਸਕਦੇ ਹੋ ਜੀ, ਬਹੁਤ ਹੀ ਪਿਆਰਾ ਹੈ ਅਤੇ ਬੜਾ ਹੀ ਸੋਹਣਾ ਬਛੇਰਾ। ਇੱਕ ਸ਼ਾਹਤਾਜ ਘੋੜੇ ਦਾ ਘੋੜੀ ਕਿਹੜੀ ਹੈ? ਨੌਕਰੀ ਦਾ ਜੀ? ਨੌਕਰੀ ਦਾ ਜੀ, ਨੌਕਰੀ ਘੋੜੀ ਹੈ ਜੀ ਇਹਦੀ ਮਾਂ। ਕਣਕ ਨੋਤੀਆਂ ਦਾ ਮਾਸ਼ਾਅੱਲਾ ਸੋਹਣੀਆਂ ਬਛੇਰੇ ਦੀਆਂ, ਗਰਦਨ ਵੀ ਬੜਾ ਸੋਹਣਾ ਹੈ। ਹਾਂਜੀ ਦੋਸਤੋ, ਆਹ ਦੇਖੋ ਜੀ, ਆਹ ਇਸ ਘੋੜੀ ਦਾ ਬਛੇਰਾ ਹੈ ਅੱਗੇ ਜਿਹੜਾ ਤੁਹਾਨੂੰ ਦਿਖਾਇਆ ਹੈ। ਮਾਸ਼ਾਅੱਲਾ ਸੋਹਣੀ ਘੋੜੀ ਆ, ਦੁਬਾਰਾ ਫਿਰ ਗੱਭਣ ਆ। ਅਤੇ ਇੱਕ ਇੱਧਰ ਆਹ ਬਛੇਰੀ ਆ, ਅਤੇ ਅਸੀਂ ਭਾਈ ਅਲਤਾਫ ਯੋਕੇ ਦੇ ਡੇਰੇ ਆਏ ਹੋਏ ਹਾਂ ਬਾਈ ਹੁਣਾਂ ਦੇ, ਅਤੇ ਆਹ ਦੇਖੋ ਜੀ ਉਹਨਾਂ ਦਾ ਸ਼ੋਅ ਤੁਹਾਨੂੰ ਦਿਖਾ ਰਹੇ ਹਾਂ। ਅਗਰ ਕਿਸੇ ਦੋਸਤ ਨੇ ਕੋਈ ਬਛੇਰਾ ਕੋਈ ਲੈਣਾ ਹੋਵੇ, ਉਹ ਆ ਕੇ ਦੇਖ ਕੇ ਲੈ ਕੇ ਜਾ ਸਕਦਾ, ਸੇਲ ਪਰਚੇਜ਼ ਵੀ ਕਰ ਲੈਂਦੇ ਆ, ਤੇ ਸੇਲ ਪਰਚੇਜ਼ ਵੀ ਕਰ ਲੈਂਦੇ ਆ। ਜ਼ਿਆਦਾਤਰ ਆਪਣੇ ਸ਼ੌਕ ਤੋਂ ਰੱਖੇ ਆ, ਤੇ ਜ਼ਿਆਦਾਤਰ ਉਹ ਆਪਣਾ ਜਿਹੜਾ ਨਾ ਸ਼ੌਕ ਤੋਂ ਹੀ ਰੱਖੇ ਹੋਏ ਆ। ਕੋਈ ਬਛੇਰਾ ਬਛੇਰੀ ਕੋਈ ਹੋਵੇ ਤੇ ਸੇਲ ਹੋ ਜਾਂਦੀ ਹੈ, ਸੇਲ ਕਰ ਦਿੰਦੇ ਆ। ਫੋਰ ਸੇਲ ਆ ਜਾਂ ਸ਼ੌਕ ਤੋਂ ਰੱਖਿਆ? ਸ਼ੌਕ ਤੋਂ ਰੱਖਿਆ। ਅੱਛਾ, ਫੋਰ ਸੇਲ ਨਹੀਂ, ਠੀਕ ਆ। ਹਾਂਜੀ ਅਲਤਾਫ ਭਾਈ, ਮਸਲਾ ਕੱਕੀ ਕਮੈਦ ਬਛੇਰੀ, ਇਹ ਕਿਹੜੇ ਘੋੜੇ ਦੀ ਇਹਦੇ ਨਾਲ ਕਿਹੜੀ ਘੋੜੀ ਦੀ? ਇਹ ਘੋੜੀ ਕੱਕੀ ਕਮੈਦ ਦੀ ਹੈ, 5 ਘੋੜੀ ਦੀ ਹੈ ਜੀ ਸਰ। ਅੱਛਾ, ਅਕਮਲ ਜੱਟ ਵਾਲੇ ਘੋੜੇ ਦੀ ਹੈ ਜੀ। ਅੱਛਾ, ਅਕਮਲ ਜੱਟ ਵਾਲੇ ਘੋੜੇ ਦੀ ਸੀ, ਨੁਕਰੇ ਦੀ ਸੀ। ਅੱਛਾ, ਪਿਓਰ ਕੱਕੇ ਬਰਾ ਨਾ ਪਾਵਾ ਜੀ। ਅਲਤਾਫ ਭਾਈ ਕੋਲ ਘੋੜੀ ਆ ਮਾਸ਼ਾਅੱਲਾ, ਉਹਦੀ ਆ ਧੀ ਆ, ਪਿਓਰ ਕੱਕਿਆਂ ਦਾ ਖੂਨ ਆ ਮਾਸ਼ਾਅੱਲਾ ਜੀ। ਤੁਸੀਂ ਦੇਖ ਸਕਦੇ ਹੋ, ਚੰਬੀ ਆ ਕਮੈਦ, ਚੰਬੀ ਕਮੈਦ। ਦਾਲਮਾ ਜੀ ਇਹਦੀ ਕਿੰਨੀ ਉਮਰ ਹੋ ਗਈ ਆ? ਉਮਰ ਹੋ ਗਈ ਜੀ ਤਕਰੀਬਨ 1.5 ਸਾਲ। 1.5 ਸਾਲ ਦੀ ਹੋ ਗਈ ਜੀ? 1.5 ਸਾਲ ਦੀ ਤੁਸੀਂ ਜੀ। ਦੋਸਤੋ, ਅਲਤਾਫ ਭਾਈ ਦਾ ਤੁਹਾਡਾ ਨੰਬਰ ਸ਼ੇਅਰ ਕਰ ਦਿੰਦੇ ਹਾਂ, 0345-78-271-49, 0345-78-271-49। ਆਪ ਇਨਸੇ ਰਾਬਤਾ ਕਰ ਸਕਤੇ ਹੈ, ਕਿਸੇ ਕਿਸਮ ਕੀ ਕੋਈ ਖਰੀਦੀ ਖਰੀਦਾ ਫਰੋਖਤ ਕਰਨਾ ਹੋ ਬਛੇਰਾ, ਤੋ ਆਪ ਉਨਕੇ ਸਾਥ ਰਾਬਤਾ ਕਰ ਸਕਤੇ ਹੈ। ਉਮੀਦ ਕਰਤੇ ਹੈ ਜੀ ਆਜ ਕੀ ਵੀਡੀਓ ਆਪਕੋ ਪਸੰਦ ਆਈ ਹੋਗੀ, ਅਗਰ ਪਸੰਦ ਆਈ ਹੋ ਲਾਈਕ ਸਬਸਕ੍ਰਾਈਬ ਔਰ ਕਮੈਂਟ ਔਰ ਸ਼ੇਅਰ ਜ਼ਰੂਰ ਕੀਜੀਏਗਾ। ਥੈਂਕਸ ਫਾਰ ਵਾਚਿੰਗ।